ਦੁਨੀਆ ਦੇ ਕੋਨੇ ਕੋਨੇ ਦੇ ਵਿੱਚ ਵੱਸਦੇ ਖੇਡ ਪ੍ਰੇਮੀਆਂ ਨੂੰ, ਪੰਜਾਬੀਆਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਜਾਣੀ ਤਾਂ ਮਹਾਰਾਜ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਦੋਸਤੋ, ਅੱਜ ਮੇਰੇ ਨਾਲ ਨੇ ਕਬੱਡੀ ਦੇ ਮਹਾਨ ਰੇਡਰ ਇਹ ਸੁਖਪਾਲ ਸਿੰਘ ਜੀ, ਪਾਲੀ ਜਿਨ੍ਹਾਂ ਨੂੰ ਗਰਾਊਂਡਾਂ ਦੇ ਵਿੱਚ ਪਾਲੀ ਫਤਿਹਗੜ੍ਹ ਛੰਨਾ ਦੇ ਨਾਂ ਕਰਕੇ ਜਾਣਿਆ ਜਾਂਦਾ ਹੈ, ਜਿਨ੍ਹਾਂ ਦਾ ਜ਼ਿਲ੍ਹਾ ਪਟਿਆਲਾ। ਆਓ ਫਿਰ ਅੱਜ ਆਪਾਂ ਪਾਲੀ ਛੰਨਾ ਵਾਲੇ ਦੇ ਨਾਲ ਕਰਦੇ ਹਾਂ ਗੱਲਬਾਤ। ਹਾਂਜੀ ਪਾਲੀ ਬਾਈ, ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਭਾਜੀ, ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ, ਅਤੇ ਥੈਂਕ ਯੂ ਭਾਜੀ ਤੁਹਾਡਾ ਬਹੁਤ ਬਹੁਤ ਜਿਹੜੇ ਪਲੇਅਰਾਂ ਨੂੰ ਦਰਸ਼ਕਾਂ ਦੇ ਰੂਹ ਲੈ ਕੇ ਆਉਂਦੇ ਹੋ ਜੀ। ਪਾਲੀ ਬਾਈ, ਸਭ ਤੋਂ ਪਹਿਲਾਂ ਤੁਸੀਂ ਆਪਣੇ ਜਨਮ ਬਾਰੇ ਦੱਸੋ ਜੀ। ਜਨਮ ਭਾਜੀ ਮੇਰਾ ਫਤਿਹਗੜ੍ਹ ਛੰਨਾ ਪਿੰਡ, ਅਤੇ 1991 April 4 ਨੂੰ ਪਿਤਾ ਸਰਦਾਰ ਨਰੰਗ ਸਿੰਘ ਅਤੇ ਮਾਤਾ ਪਰਮਜੀਤ ਕੌਰ ਦੇ ਘਰ ਹੋਇਆ ਜੀ। ਆਪਣਾ ਜੀ ਜ਼ਿਮੀਂਦਾਰ ਮਿਡਲ ਫੈਮਿਲੀ ਸੀ ਜੀ। ਹਾਂਜੀ, ਅਤੇ ਪਰਿਵਾਰ 'ਚ ਕੌਣ ਕੌਣ ਸੀ? ਫੈਮਿਲੀ 'ਚ ਜੀ ਮੇਰੇ ਮੰਮੀ ਡੈਡੀ ਅਤੇ ਸਿਸਟਰ ਛੋਟੀ ਮੇਰੀ, ਮੈਂ ਅਤੇ ਮੇਰੀ ਵਾਈਫ ਹੈ ਜੀ। ਜੀ ਹਾਂਜੀ। ਅਤੇ ਪੜ੍ਹਾਈ ਕਿੱਥੋਂ ਤੱਕ ਕੀਤੀ ਬਾਈ ਤੁਸੀਂ? ਸਟੱਡੀ ਜੀ ਮੈਂ ਪਲੱਸ ਟੂ ਤੱਕ ਤਾਂ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਸਕੂਲ ਅਤੇ ਪ੍ਰਾਈਵੇਟ ਸਕੂਲ ਪਿੰਡ 'ਚੋਂ ਹੀ ਕੀਤੀ ਹੈ ਜੀ, ਅਤੇ ਮਸਤਵਾਣਾ ਸਾਹਿਬ BPED ਮਸਤਵਾਣਾ ਸਾਹਿਬ ਕੀਤੀ ਹੈ ਜੀ। ਜੀ ਹਾਂਜੀ। ਅਤੇ ਕਬੱਡੀ ਵੱਲ ਆਉਣ ਦਾ ਤੁਹਾਡਾ ਸਬੱਬ ਜਿਹੜਾ ਕਦੋਂ ਬਣਿਆ, ਅਤੇ ਕਿੰਨੀ ਕੁ ਉਮਰ ਹੋਵੇਗੀ ਤੁਹਾਡੀ, ਅਤੇ ਕਿਹਨਾਂ ਨੇ ਤੁਹਾਨੂੰ ਕਬੱਡੀ ਵੱਲ ਪ੍ਰੇਰਿਤ ਕੀਤਾ ਸੀ? ਕਬੱਡੀ ਜੀ ਮੈਂ ਜਿੱਦਾਂ ਜਦੋਂ ਦੀ ਸੁਰਤ ਸੰਭਲੀ ਹੈ, ਉਦੋਂ ਦਾ ਕਬੱਡੀ ਦੀਆਂ ਗੱਲਾਂ ਸੁਣਦੇ ਅਤੇ ਉਦੋਂ ਦੇ ਕਬੱਡੀ ਵੱਲ ਦਿਮਾਗ ਚੱਲ ਗਿਆ, ਰੁਝਾਨ ਚੱਲ ਗਿਆ ਜੀ ਉਦੋਂ ਤੱਕ। ਅਤੇ ਸਰਦਾਰ ਬਹਾਦਰ ਸਿੰਘ ਜੀ ਮੇਰੇ ਤਾਇਆ ਜੀ ਲੱਗਦੇ ਨੇ, ਉਹਨਾਂ ਨੇ ਜਿੱਦਾਂ ਕਬੱਡੀ ਨੂੰ ਮੈਨੂੰ ਛੋਟੇ ਹੁੰਦਿਆਂ ਨੂੰ, ਜਿੱਦਾਂ ਪਿੰਡ ਦੀ ਟੀਮ ਹੁੰਦੀ ਸੀਗੀ, ਹਾਂਜੀ ਪਿੰਡ 'ਚ ਸਟਾਰਟਿੰਗ 'ਚ ਕਬੱਡੀ ਰਹੀ ਹੈ, ਸ਼ੁਰੂ ਤੋਂ ਬਹੁਤ ਕਬੱਡੀ ਰਹੀ ਹੈ ਸਾਡੇ ਪਿੰਡ 'ਚ, ਜਿੱਦਾਂ ਲਾ ਲਓ ਪੁਰਾਣੇ ਸੋਮਾ ਬਾਈ ਜਿਹੜੀ ਖੇਡਦੇ ਘਰਾਚੋਂ ਦੇ, ਉਦੋਂ ਦੇ ਵੀ ਸਾਡੇ ਪਿੰਡ 'ਚ ਕਬੱਡੀ ਵਾਲੇ ਖੇਡਦੇ ਰਹੇ ਆ ਸਾਰੇ। ਅਤੇ ਪਿੰਡ ਦੇ ਗਰਾਊਂਡ 'ਚ ਦਾਇਆ ਲੈ ਜਾਂਦਾ ਹੁੰਦਾ ਸੀਗਾ ਉੱਥੇ ਨਿਆਣਿਆਂ ਨੂੰ, ਅਤੇ ਉਦੋਂ ਦੇਖ ਕੇ ਜੀ ਕਬੱਡੀ ਥੋੜ੍ਹਾ ਜਿਹਾ ਰਿਹਾ, ਕਬੱਡੀ ਖੇਡਣ ਦਾ ਚਾਅ। ਅਤੇ ਪਿੰਡ ਦੇ ਕਿਹੜੇ ਖਿਡਾਰੀ ਹੁੰਦੇ ਤੁਹਾਡੇ? ਪਿੰਡ ਦੇ ਜੀ ਪਹਿਲਾਂ ਮੇਰੇ ਤੋਂ ਤਾਏ ਹੋਣੀ ਹੋ ਗਏ ਜਿਹੜੇ ਖੇਡ ਥੋੜ੍ਹਾ ਬਹੁਤਾ ਖੇਡਦੇ ਹੁੰਦੇ ਸੀਗੇ, ਅਤੇ ਪਿਆਰਾ ਸੀ ਹੋ ਗਈ ਬਈ, ਅਤੇ ਇੱਕ ਬਈ ਭੋਲਾ ਸੀਗਾ, ਉਹ ਸੁਣਿਆ ਸੀਗਾ ਲੋਕ ਪਹਿਲਾਂ ਖੇਡਦੇ ਤਾਂ ਨਹੀਂ ਦੇਖੇ ਜੀ ਮੈਂ, ਪਰ ਡੈਡੀ ਨੂੰ ਵੀ ਦੱਸ ਦੂੰਗੇ ਸਾਰੇ ਵੀ ਹੁੰਦੇ ਸੀਗੇ। ਅਤੇ ਪਰ ਜਿਹੜੇ ਮੇਰੇ ਤੋਂ ਸੀਨੀਅਰ ਸੀਗੇ ਜਿਹਨਾਂ ਨਾਲ ਮੈਂ ਖੇਡਦਾ ਰਿਹਾ, ਉਹਨਾਂ 'ਚ ਮੋਹਣੀ ਸੀਗਾ ਅਤੇ ਆਪਣਾ ਰੋਮੀ ਸੀਗਾ, ਇੱਕ ਬਈ ਛੋਟੂ ਸੀਗਾ ਹਰਦੀਪ, ਉਹ ਉਹਨਾਂ ਨਾਲ ਖੇਡਦਾ ਸੀਗਾ, ਉਹਨਾਂ ਨੇ ਲਾਇਆ ਜੀ ਮੈਨੂੰ ਆਪਦੇ ਨਾਲ ਖੇਡਣਾ, ਉਹ ਪਿੰਡ ਦੇ ਮੇਰੇ ਤੋਂ ਸੀਨੀਅਰ ਸੀਗੇ ਜੀ, ਵਧੀਆ ਪਲੇਅਰ ਸੀਗੇ ਜੀ। ਜੀ ਅਤੇ ਕਿਹੜੇ ਵਜਨ ਤੋਂ ਸ਼ੁਰੂ ਕੀਤੀ ਤੁਸੀਂ? ਵਜਨ ਜੀ ਮੈਂ ਤਕਰੀਬਨ ਉੱਦਾਂ 32 ਕਿਲੋ ਦਾ ਆਪਣੇ ਇੱਕ ਵਜਨੀ ਸਟਾਰਟ ਹੁੰਦੇ ਜੀ, ਮੈਂ ਇੱਕ ਦੋ ਮੈਚ ਜਿੱਦਾਂ 32 ਕਿਲੋ ਦੇ, 42 ਦੇ, 47 ਦੇ, ਥੋੜ੍ਹੇ ਥੋੜ੍ਹੇ ਮੈਚ ਖੇਡੇ ਜੀ ਵਜਨੀ ਦੇ। ਹਾਂਜੀ 70 ਕਿਲੋ ਤੱਕ ਖੇਡੇ ਜੀ ਵਜਨੀ ਦੇ। ਜੀ ਜੀ। ਅਤੇ 70 ਤੋਂ ਬਾਅਦ ਫਿਰ ਓਪਨ ਦੇ ਵਿੱਚ ਐਂਟਰੀ ਕਿਵੇਂ ਹੋਈ ਤੁਹਾਡੀ? ਓਪਨ ਜੀ ਮੈਂ 70 ਕਿਲੋ 'ਚ ਬੈਸਟ ਨਿਕਲੇ ਸੀ ਜਦੋਂ ਆਪਣਾ ਬੱਦੋਵਾਲ ਪਿੰਡ ਜੀ ਮੋਟਰਸਾਈਕਲ, ਅਤੇ ਉਸ ਸਾਲ ਮੈਨੂੰ ਬਾਹਰ ਖੇਡਣ ਦਾ ਮੌਕਾ ਮਿਲਿਆ ਜੀ ਉਸ ਤੋਂ ਬਾਅਦ, ਫਿਰ ਉੱਥੇ ਜਾ ਕੇ ਜੀ ਨਾਲ ਨਾਲ 70 ਕਿਲੋ ਖੇਡੀ, ਅਤੇ ਵੇਟ ਦੀ ਥੋੜ੍ਹਾ ਜਿਹਾ ਇੱਥੇ ਡੇਲੀ ਖੇਡਣ ਕਰਕੇ ਵੇਟ ਮੇਨਟੇਨ ਰਹਿੰਦਾ ਸੀ, ਅਤੇ ਬਾਹਰ ਜਾ ਕੇ ਥੋੜ੍ਹਾ ਜਿਹਾ ਵੱਧ ਗਿਆ ਵੇਟ, ਉਦੋਂ ਨਾਲ ਨਾਲ ਓਪਨ ਖੇਡਣ ਦਾ ਮੌਕਾ ਮਿਲਿਆ ਜੀ, ਉਦੋਂ ਐਂਟਰੀ ਹੋ ਗਈ ਸੀ ਬਾਹਰ ਹੀ ਓਪਨ ਖੇਡਣ ਦੀ। ਹਾਂਜੀ ਜੀ। ਹਾਂਜੀ। ਕਿਹੜੇ ਸਾਲ 'ਚ ਗਏ ਸੀ? ਮੈਂ 2011 'ਚ ਗਿਆ ਸੀ ਪਹਿਲੀ ਵਾਰ ਜੀ। ਹਾਂ 70 ਕਿਲੋ ਗਏ ਸੀ ਅਤੇ ਉੱਧਰ ਹੀ ਓਪਨ, ਉੱਧਰ ਹੀ ਓਪਨ ਸਟਾਰਟ ਕਰੀ ਜੀ। ਹਾਂਜੀ। ਫਿਰ ਆ ਕੇ ਫਿਰ ਉਦੋਂ ਵਾਪਸ ਆ ਗਏ ਜੀ, ਨਾਲ ਉਹ ਪਿੰਡ ਦੀ ਖੇਡਣ ਲੱਗ ਗਏ ਜੀ ਓਪਨ ਟੀਮ ਪਿੰਡ ਦੀ। ਜੀ। ਅਤੇ ਪਿੰਡ ਦੀ ਟੀਮ ਤੋਂ ਇਲਾਵਾ ਫਿਰ ਤੁਸੀਂ ਹੋਰ ਕਿਹੜੀਆਂ ਕਿਹੜੀਆਂ ਟੀਮਾਂ ਵੱਲੋਂ ਖੇਡੇ ਪਿੰਡ ਓਪਨ? ਪਿੰਡ ਤੋਂ ਇਲਾਵਾ ਜੀ ਮੈਂ ਜ਼ਿਆਦਾਤਰ ਮੈਚ ਪਿੰਡ 'ਚ ਹੀ ਖੇਡਿਆ ਜੀ, ਫਤਿਹਗੜ੍ਹ ਛੰਨਾ ਜੀ, ਅਤੇ ਬਾਕੀ ਦੜਬਾ ਮੰਡੀ 'ਚ ਬਹੁਤ ਮੈਚ ਖੇਡਿਆ ਜੀ ਮੈਂ, ਦੜਬਾ ਟੀਮ 'ਚ ਪਿੰਡ ਵਾਰ ਦੇ, ਬਾਕੀ ਜਿਹੜੀਆਂ ਟੀਮਾਂ 'ਚ ਕਿਸੇ ਨੇ ਸੱਤ ਲੈਣਾ ਪਲੇਅਰ ਖੇਡਣਾ ਵੀ ਸਾਡੇ ਨਾਲ ਮੈਚ ਖੇਡ ਕੇ ਜਾਓ, ਉਹਨਾਂ 'ਚ ਉੱਦਾਂ ਖੇਡ ਲੈਣੇ ਹੋਰ ਟੀਮਾਂ 'ਚ। ਹਾਂਜੀ। ਜੀ। ਹਾਂਜੀ। ਅਤੇ ਹੁਣ ਤੱਕ ਤੁਸੀਂ ਕਿਹੜੇ ਕਿਹੜੇ ਕਲੱਬਾਂ ਵੱਲੋਂ ਖੇਡ ਚੁੱਕੇ ਹੋ? ਹੁਣ ਤੱਕ ਜੀ ਇੱਥੇ ਮੈਂ ਆਪਣੇ ਪਹਿਲੀ ਵਾਰ ਖੇਡਿਆ ਸੀਗਾ ਅਕੈਡਮੀ 'ਚ ਖੇਡਿਆ ਜੀ ਮੈਂ, ਸ਼ਹੀਦ ਬੱਚਾ ਸਿੰਘ ਕਬੱਡੀ ਕਲੱਬ ਦੜਬਾ ਗੁਰਮੇਲ ਭਲਾ ਰਹਿਣਾ ਜੀ ਦੀ, ਉਹਨਾਂ 'ਚ ਖੇਡਿਆ ਜੀ ਪਹਿਲੀ ਵਾਰ 2012 'ਚ ਜੀ। ਜੀ। ਫਿਰ ਉਦੋਂ ਬਾਅਦ ਜੀ ਗੱਗੜਪੁਰ ਦੀ ਟੀਮ ਬਣੀ ਸੀਗੀ ਆਪਣੀ ਆਜ਼ਾਦ ਕਬੱਡੀ ਕਲੱਬ ਨਾਲ ਜੁਆਇੰਟ, ਉਹਨਾਂ 'ਚ ਖੇਡਿਆ ਜੀ, ਉਦੋਂ ਬਾਅਦ ਫਿਰ ਦੁਬਾਰਾ ਫਿਰ ਸ਼ਾਹਕੋਟ 'ਚ ਖੇਡ ਰਹੇ ਜੀ ਉਦੋਂ ਤੋਂ ਰੈਗੂਲਰ ਲਾ ਲਓ ਹੁਣ ਤੱਕ ਜੀ ਸ਼ਾਹਕੋਟ 'ਚ ਖੇਡਦੇ ਹਾਂ। ਕਿੰਨੇ ਸਾਲ ਖੇਡਣ ਸ਼ਾਹਕੋਟ ਲਏ ਸੀ? ਸ਼ਾਹਕੋਟ ਜੀ 3-4 ਸਾਲ ਹੋ ਗਏ ਖੇਡਦੇ ਨੇ ਜੀ। ਹਾਂਜੀ। ਅਤੇ ਜਿਸ ਤਰ੍ਹਾਂ ਪਾਲੀ ਬਾਈ ਤੁਹਾਡੀ ਜਿਹੜੀ ਟੀਮ ਹੈ ਨਾ ਸ਼ਾਹਕੋਟ ਲਾਈਨ ਦੀ, ਪੂਰੀ ਸਟਰੋਂਗ ਹੈ। ਹਾਂਜੀ। ਅੱਜ ਦੇ ਟਾਈਮ ਦੀ ਸਭ ਤੋਂ ਟੌਪ ਟੀਮ ਆਪਾਂ ਨੂੰ ਕਹਿ ਸਕਦੇ ਹਾਂ। ਹਾਂਜੀ। ਅਤੇ ਉਹਦੇ ਵਿੱਚ ਖੇਡ ਕੇ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ? ਉਹ ਭਾਜੀ ਬਹੁਤ ਵਧੀਆ ਲੱਗਦਾ, ਜਿੱਦਾਂ ਲਾ ਲਓ ਵੀ ਹੁਣ ਸਾਰੇ ਪਲੇਅਰ ਆਪਦੇ ਇਕੱਠੇ ਖੇਡਦੇ ਆ, ਸੁਲਤਾਨਪੁਰੀ ਹੋ ਗਏ, ਸੋਨੀ, ਅੰਬਰਤ ਪਿੰਡ ਦੇ ਅਸੀਂ ਜਿੰਨੇ ਵੀ ਪਹਿਲਾਂ ਇਕੱਠੇ ਖੇਡਦੇ ਹੁੰਦੇ ਸੀ, ਉਹ ਵੀ ਹੁਣ ਇਕੱਠੇ ਕਲੱਬਾਂ 'ਚ ਵੀ ਇਕੱਠੇ ਖੇਡਦੇ ਹਾਂ, ਬਾਕੀ ਸੰਦੀਪ ਬਾਈ ਹੋਣੀ ਸਾਰੇ ਜਿੰਨੇ ਵੀ, ਖੁਸ਼ੀ ਬਾਈ ਹੋਣੀ ਸਾਰੇ, ਉਹਨਾਂ ਨਾਲ ਪਿਆਰ ਆ, ਅਤੇ ਆਪਦੀ ਮੈਨੂੰ ਤਾਂ ਵੀ ਜਿਹੜਾ ਜਿੱਦਾਂ ਛੰਨਾ 'ਚ ਖੇਡ ਰਹੇ ਹਾਂ
ਉੱਦਾਂ ਹੀ ਸ਼ਾਹਕੋਟ 'ਚ ਖੇਡ ਰਹੇ ਹਾਂ, ਸੇਮ ਆਪਦੀ ਪਿੰਡ ਦੀ ਟੀਮ ਹੀ ਲੱਗਦੀ ਹੈ, ਉੱਦਾਂ ਹੀ ਖੇਡ ਕੇ ਆਈਦਾ ਉਹਨਾਂ 'ਚੋਂ, ਜੇ ਮੈਚ ਵੀ ਖੇਡਣਾ ਉਹ ਵੀ ਉੱਦਾਂ ਹੀ ਮਨ ਮਨ ਹੁੰਦਾ ਜੀ ਉੱਥੇ ਪਿੰਡ 'ਚ ਖੇਡ ਰਹੇ ਜੀ। ਬਿਲਕੁਲ, ਮਤਲਬ ਕਿ ਪਿਆਰ ਬਣਿਆ ਹੋਇਆ, ਪਿਆਰ ਬਣਿਆ, ਹਾਂਜੀ ਸਾਰਿਆਂ ਦਾ ਜੀ ਪਿਆਰ ਬਣਿਆ ਜੀ। ਅਤੇ ਬਾਈ ਫਿਰ ਜਿਵੇਂ ਤੁਸੀਂ 2011 ਦੇ ਵਿੱਚ 70 ਕਿਲੋ ਭਾਰ ਕਨੇਡਾ ਖੇਡੇ, ਹਾਂਜੀ, ਉਸ ਤੋਂ ਬਾਅਦ ਫਿਰ ਹੁਣ ਤੱਕ ਤੁਸੀਂ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਕਬੱਡੀ ਖੇਡ ਚੁੱਕੇ ਹੋ? ਹੁਣ ਤੱਕ ਜੀ ਜਿੱਦਾਂ ਜਿੱਥੇ ਜਿੱਥੇ ਕਬੱਡੀ ਹੁੰਦੀ ਹੈ ਜੀ, ਮਹਾਰਾਜ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਲ ਵੀ ਸਾਰੇ ਖੇਡਣ ਦਾ ਮੌਕਾ ਮਿਲ ਗਿਆ ਜੀ। ਬਾਕੀ ਅਮੈਰੀਕਾ, ਕਨੇਡਾ, ਇੰਗਲੈਂਡ ਹੋ ਗਿਆ ਜੀ, ਯੂਰਪ, ਦੁਬਈ, ਸਾਰੇ ਜਿੱਥੇ ਤੱਕ ਹੋਈ ਆ ਕਬੱਡੀ ਜੀ, ਹਾਂਜੀ ਸਾਰੇ ਖੇਡਣ ਦਾ ਮੌਕਾ ਮਿਲ ਗਿਆ ਜੀ। ਜਿੱਥੇ ਵੀ ਕਬੱਡੀ ਚੱਲ ਰਹੀ ਹੈ ਤਕਰੀਬਨ ਉੱਥੇ ਤੁਸੀਂ ਹੱਥਾਂ 'ਤੇ ਕਬੱਡੀ, ਹਾਂਜੀ ਮਹਾਰਾਜ ਜੀ, ਖੇਡਿਓ ਜੀ, ਹਾਂਜੀ ਜੀ। ਅਤੇ ਬਾਈ ਤੁਹਾਡੇ ਇੱਧਰਲੇ, ਹਾਂਜੀ, ਅਤੇ ਬਾਹਰਲੇ ਮੁਲਕਾਂ ਦੇ, ਹਾਂਜੀ, ਪਿੰਡ ਓਪਨ ਦੇ 70 ਕਿਲੋ ਵਾਲੇ ਆਪਾਂ ਕਹਿ ਲਈਏ, ਉਹਨਾਂ ਦੇ ਵਿੱਚੋਂ ਕੁਝ ਕੁ ਯਾਦਗਾਰੀ ਮੈਚ ਨੇ ਨਾ ਜਿਹੜੇ, ਉਹ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੇ ਕਰੋ, ਜਿਨ੍ਹਾਂ ਦੇ ਵਿੱਚੋਂ ਇੱਕ ਲੋਕਾਂ ਦੇ ਵਿੱਚ ਨਾਂ ਉੱਭਰ ਕੇ ਆਇਆ ਪਾਲੀ ਫਤਿਹਗੜ੍ਹ ਛੰਨਾ ਵਾਲਾ, ਇੱਦਾਂ ਦੇ ਜਿਹੜੇ ਉਹ ਮੈਚ ਨੇ ਨਾ ਉਹ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਤੁਸੀਂ ਆਪਣੇ ਸਾਂਝੇ ਕਰੋ। ਯਾਦਗਾਰੀ ਮੈਚ ਜੀ, ਜਦੋਂ ਮੈਂ ਲਾ ਲਓ ਵੀ ਕਬੱਡੀ 70 ਕਿਲੋ ਵਿੱਚ ਖੇਡਣਾ ਸਟਾਰਟ ਕਰਿਆ ਜੀ, ਬਾਹਰ ਪਿੰਡਾਂ ਪੁੰਡਾਂ ਦੇ ਮੈਚ ਖੇਡਦਾ ਹੁੰਦਾ ਜੀ, ਜਦੋਂ ਬਾਹਰ ਨਿਕਲੇ, ਹਾਂਜੀ, ਪਿੰਡ 'ਚੋਂ ਲਾ ਲਓ ਬਾਹਰ ਮੈਚ ਖੇਡਣ ਲੱਗੇ, ਉਦੋਂ ਜਿਹੜੇ ਮੈਚਾਂ ਨੇ ਮੈਨੂੰ ਆਪਦੇ ਆਪ 'ਤੇ ਲਾ ਲਓ ਥੋੜ੍ਹਾ ਜਿਹਾ ਮਾਣ ਲਾ ਲਓ, ਥੋੜ੍ਹਾ ਜਿਹਾ ਯਕੀਨ ਲਾ ਲਓ, ਕਿੱਦਾਂ ਵੀ ਮੈਨੂੰ ਦਲੇਰੀ ਦਿੱਤੀ, ਜਿਹੜੇ ਮੈਚਾਂ ਨੇ ਉਹ ਮੈਚਾਂ ਨੂੰ ਮੈਂ ਆਪਦੇ ਯਾਦਗਾਰੀ ਮੈਚ ਮੰਨਦਾ ਜੀ ਜ਼ਿਆਦਾਤਰ। ਉਹ ਮੈਚ ਜੀ ਜ਼ਿਆਦਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੰਦੋਵਾਲ ਹੋਇਆ ਸੀਗਾ ਜੀ, ਉੱਥੇ ਮੈਂ ਮੋਟਰਸਾਈਕਲ ਜਿੱਤੇ ਜੀ, ਬੈਸਟ ਨਿਕਲਿਆ 70 ਕਿਲੋ ਵਿੱਚ, ਅਤੇ ਉਦੋਂ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ। ਬਹੁਤ ਟੀਮਾਂ, ਉਹ ਬਹੁਤ ਵੱਡਾ ਵੇਲਾ ਸੀਗਾ ਜੀ ਉਸ ਟਾਈਮ, ਮੋਟਰਸਾਈਕਲ ਕਦੇ ਰੱਖਿਆ ਨਹੀਂ ਹੁੰਦਾ ਜੀ ਜ਼ਿਆਦਾਤਰ, ਹਾਂਜੀ, ਅਤੇ ਲਾ ਲਓ ਜੀ ਉਹ ਉੱਥੇ ਟੀਮਾਂ ਵੀ ਜਿੱਦਾਂ ਜਿੰਨੀਆਂ ਵੀ ਆਪਣੇ ਪੰਜਾਬ ਦੀਆਂ 70 ਕਿਲੋ ਦੀਆਂ ਸਾਰੀਆਂ ਟੀਮਾਂ ਉੱਥੇ ਖੇਡੀਆਂ ਜੀ, ਉੱਥੇ ਬੈਸਟ ਨਿਕਲਿਆ ਜੀ। ਉਹ ਮੈਚ ਨੇ ਬਹੁਤ ਹੌਸਲਾ ਦਿੱਤਾ ਜੀ ਮੈਨੂੰ, ਉਹ ਵੀ ਮੇਰਾ ਬਹੁਤ ਯਾਦਗਾਰੀ ਮੈਚ ਮੰਨਦਾ ਜੀ ਮੈਂ, ਹਾਂਜੀ ਹਾਂਜੀ। ਫਿਰ ਇਸ ਤੋਂ ਬਾਅਦ ਜੀ ਇੱਕ ਕਬੱਡੀ 70 ਕਿਲੋ ਦੀ ਫੇਰ ਆ ਜੀ, ਉਸ ਤੋਂ ਬਾਅਦ ਖੇਡਿਆ ਮੈਂ ਸਮਾਧ ਭਾਈ ਖੇਡਿਆ ਸੀਗਾ ਜੀ ਮੈਚ, ਆਪਣੇ ਮੋਗੇ ਜ਼ਿਲ੍ਹੇ 'ਚ ਜੀ, ਉੱਥੇ ਉਹ ਮੈਚ ਵੀ ਮੇਰਾ ਬਹੁਤ ਯਾਦਗਾਰੀ ਮੈਚ ਹੈ ਜੀ। ਉਹ ਇੱਕ ਤਰ੍ਹਾਂ ਦਾ ਇੱਦਾਂ ਮੈਚ ਸੀਗਾ ਜੀ, ਇੱਕ ਪਾਸੇ ਪੂਰੀ ਜਿਹੜੀ ਕਹਿ ਲਈਏ ਵੀ ਇੱਕ ਇਸ ਟਾਈਮ ਦੀ ਵਧੀਆ ਟੀਮ, ਚੋਟੀ ਦੀ ਟੀਮ ਹੁੰਦੀ ਸੀ ਮਾਨੂਕਿਆ ਦੀ, ਅਤੇ ਦੂਜੇ ਪਾਸੇ ਮਾਨੂਕਿਆ ਬੀਰ ਜੀ ਖੇਡਦਾ ਸੀਗਾ ਜੀ ਮੈਂ ਵੀ, ਅਤੇ ਉਹਦੇ 'ਚ ਲਾ ਲਓ ਵੀ ਉਦੋਂ 20-25 ਦਾ ਮੈਚ ਸੀਗਾ ਮੇਰੇ ਨਾਲ, ਜਿਹੜਾ ਗਰੇਡਰ ਸੀਗਾ ਬਾਹਰੋਂ ਖੇਡਣਾ ਸੀ ਉਹ ਆਇਆ ਨਹੀਂ ਹੈਗਾ ਕਿਸੇ ਕਰਕੇ, ਇਕੱਲਾ ਰਹਿ ਗਿਆ, ਜਿਹਨਾਂ ਨੇ ਮੈਂ ਸੱਦਿਆ ਸੀਗਾ ਜੀ, ਉਹ ਬਾਈ ਜਿਹੜੀ ਗੱਡੀ 'ਚ ਆ ਕੇ ਬਹਿ ਗਏ, ਮੈਚ ਤਾਂ ਹਾਰ ਜਾਣਾ ਵੀ 20-25 ਦਾ ਟਾਈਮ ਹੈ, ਖੇਡ ਨਹੀਂ ਹੋਣਾ, ਹੈਂਡਰ ਇਕੱਲਾ ਕਿੱਥੋਂ ਪਾਊਗਾ ਕਬੱਡੀਆਂ ਵੀ, ਉੱਥੇ ਲਾ ਲਓ ਵੀ ਉਹ ਮੈਂ 20-25 ਦੇ 'ਚ ਮੈਂ ਇਕੱਲੇ ਨੇ ਰੇਡਾਂ ਪਾਈਆਂ ਜੀ, ਉਹ ਮੈਨੂੰ ਬੜਾ ਹੌਸਲਾ ਹੋਇਆ ਜੀ ਉਹਨਾਂ, ਅਸੀਂ ਨੇ ਉਹ ਜਿਹੜੀ ਤਗੜੀ ਟੀਮ ਸੀਗੀ ਮਾਨੂਕਿਆ ਦੀ ਉਹ ਅਸੀਂ ਹਰਾਤੀ ਜੀ ਜੀ, ਅਤੇ ਉਹ ਮੈਚ ਵੀ ਮੇਰਾ ਬਹੁਤ ਯਾਦਗਾਰੀ ਮੈਚ ਹੈ ਜੀ। ਹਾਂਜੀ, ਅਤੇ ਕੋਈ ਹੋਰ ਮੈਚ ਇਹਦੇ ਨਾਲ ਹੀ? ਹੋਰ ਜੀ ਕਬੱਡੀ ਉੱਪਰ ਦੇ ਵਿੱਚ ਜੀ ਇੱਦਾਂ ਬਹੁਤ ਹੋਰ ਯਾਦਗਾਰੀ ਮੈਚ ਨੇ ਜੀ, ਜਿੱਥੇ ਲਾ ਲਓ ਵੀ ਜਿੱਥੇ ਹੁਣ ਕਬੱਡੀ ਤੁਹਾਨੂੰ ਪਤਾ ਹੀ ਕਿੰਨੀ ਤਕੜੀ ਹੋ ਗਈ ਹੈ, ਮੈਚ ਸਾਰੇ ਵਧੀਆ ਲੱਗਦੇ ਸਾਰੇ, ਪਰ ਉਦੋਂ ਉਸ ਟਾਈਮ ਉਦੋਂ ਪੁਰਾਣੇ ਮੈਚ ਜਿਹੜੇ ਜਿਹਨਾਂ ਨੇ ਜ਼ਿਆਦਾ ਸਤਾਰ ਮੰਨ ਲਓ ਜੀ ਮਨ ਨੂੰ ਦਲੇਰੀ ਦਿੱਤੀ, ਉਹ ਮੈਚ ਓਪਨ ਦਾ ਸੀਗਾ ਰਾਏਕੋਟ ਖੇਡੀ ਜੀ ਅਸੀਂ, ਉਹ ਵੀ ਮੇਲਾ ਪੰਜਾਬ ਦੇ ਕੱਪਾਂ ਦਾ ਬਹੁਤ ਵਧੀਆ ਮੇਲਾ ਸੀਗਾ ਪਿੰਡ ਬਾਰ ਦਾ ਜੀ, 4 ਮੋਟਰਸਾਈਕਲ ਰੱਖੇ ਹੋਏ ਸੀਗੇ ਜੀ, ਉਦੋਂ ਬੋਲਟ ਸੀਗੇ, ਸੈਮੀਫਾਈਨਲ 'ਚ ਪਲਟੀਨਾ ਮੋਟਰਸਾਈਕਲ ਰੱਖੇ ਹੋਏ ਸੀ, ਉਹ ਮੈਚ ਅਸੀਂ ਖੇਡੇ ਜੀ, ਉਹ ਉਦੋਂ ਮੈਂ ਅਤੇ ਸੁਲਤਾਨ ਇਕੱਠੇ ਖੇਡੇ ਜੀ ਅਸੀਂ ਜਨੇਤਪੁਰੇ ਟੀਮ 'ਚ ਖੇਡੇ ਜੀ, ਉਦੋਂ ਜਿੰਨੀਆਂ ਵੀ ਉੱਥੇ ਸਾਰੀਆਂ ਆਪਣੇ ਪੰਜਾਬ ਦੀਆਂ ਉੱਪਰ ਦੀਆਂ ਵੀ ਸਾਰੀਆਂ ਚੋਟੀ ਦੀਆਂ ਟੀਮਾਂ ਪਹੁੰਚੇ ਹੋਏ ਸੀ, ਅਤੇ ਉੱਥੇ ਅਸੀਂ ਜਿਹੜੀਆਂ ਵਧੀਆ ਟੀਮਾਂ ਉਦੋਂ ਤਕੜੇ ਪਲੇਅਰ ਜਿਹੜੇ ਬਾਹਰੋਂ ਖੇਡ ਕੇ ਆਉਂਦੇ ਹੁੰਦੇ ਸੀਗੇ, ਬਲਜੀਤ ਸਿੱਧੂ, ਮਹਿਕ ਮਠੂਰ, ਜਿੰਨੀਆਂ ਸਾਰੀਆਂ ਟੀਮਾਂ ਉਹ ਕਨੇਡਾ ਵਿਕਟੋਰੀਆ ਖੇਡੀ ਗਈ ਸੀ, ਉਹ ਸੱਜੇ ਪਲੇਅਰ ਸਾਡੇ ਨਾਲ ਟੋਰਾਂਟੋ ਮੈਚ ਸੀਗਾ ਉੱਥੇ ਗਏ ਸੀਗੇ, ਸਾਡੀ ਬੀਟ ਨੂੰ ਉੱਥੇ ਅਸੀਂ ਵਧੀਆ ਟੋਪ ਦੇ ਸੀ ਮਾਰ ਰਹੇ ਹਾਂ, ਅਤੇ ਨਾਲ ਵੀ 70 ਕਿਲੋ ਵਾਲੇ ਸੀਗੇ ਨਾਲ ਦੋ ਮੁੰਡੇ ਲੈ ਕੇ ਅਸੀਂ, ਉਹ ਵੀ ਇੱਕ ਯਾਦਗਾਰੀ ਮੈਚ ਹੈ ਜੀ ਇਹਦਾ ਜੀ। ਉਹਨੂੰ ਸੀ 2011 ਨਹੀਂ ਜੀ, ਉਹ 11 'ਚ, ਹਾਂਜੀ 2011 'ਚ, ਹਾਂਜੀ ਜੀ। ਅਤੇ ਬਾਈ ਹੁਣ ਤੁਸੀਂ ਇਹ ਦੱਸੋ ਵੀ ਹੁਣ ਤੱਕ ਬੈਸਟ ਰੇਡਰ ਹੋਣ ਦਾ ਮਾਣ ਕਿੰਨੇ ਕੁ ਵਾਰੀ ਮਿਲਿਆ ਤੁਹਾਨੂੰ? ਬੈਸਟ ਰੇਡਰ ਹੋਣ ਦਾ ਮਾਣ ਜੀ ਹੁਣ ਆਪਦੇ ਕਬੱਡੀ ਜਦੋਂ ਹੁਣ ਤੱਕ ਖੇਡਦੇ ਹੀ ਬਹੁਤ ਕਾਫੀ ਵਾਰ ਨਿਕਲ ਚੁੱਕੇ ਹੈਗੇ ਹੁਣ ਬਹੁਤ ਲਾ ਲਓ ਵੀ। ਅਤੇ ਮੋਟਰਸਾਈਕਲ ਕਿੰਨੇ ਕੁ ਜਿੱਤੇ ਜੀ ਤੁਸੀਂ? ਮੋਟਰਸਾਈਕਲ ਜੀ ਮੇਰੇ 54-55 ਤੱਕ ਹੋ ਗਏ ਜੀ, ਇੰਨੇ ਮੋਟਰਸਾਈਕਲ ਜਿੱਤ ਗਏ ਜੀ, ਉਹ ਵੀ ਸਾਰੇ ਬੈਸਟ 'ਚ, ਹਾਂਜੀ ਜੀ। ਅਤੇ ਉਹਨਾਂ ਦੇ ਵਿੱਚੋਂ ਬੋਲਟ ਵੀ ਨੇ ਜਾਂ ਕਿਹੜੇ ਨੇ? ਹਾਂਜੀ ਹਾਂ, ਉਹ ਸਾਰੇ ਵਿੱਚੇ ਬੋਲਟ ਨੇ ਜੀ, ਉਹਨਾਂ ਦੇ ਵਿੱਚੇ ਪਲਟੀਨਾ ਜੀ, ਵਿੱਚੇ ਜਿਹੜੇ ਦੂਜੇ ਰੱਖੇ ਨੇ ਸਪਲੈਂਡਰ ਵਗੈਰਾ ਸਾਰੇ ਮੋਟਰਸਾਈਕਲ ਇਕੱਠੇ ਹੈ ਜੀ। ਅਤੇ LCD ਵਗੈਰਾ? LCD ਜੀ ਕਿੰਨੀਆਂ ਕੁ ਜਿੱਤੀਆਂ ਨੇ? ਛੱਲੇ ਮੁੰਦੀਆਂ ਕਿੰਨੀਆਂ ਕੁ ਜਿੱਤੀਆਂ ਨੇ? LCD ਵੀ 10-12 LCD ਹੋ ਗਈਆਂ ਹੋਣੇ ਜੀ, 10-15 ਰਿੰਗਾਂ ਹੋ ਗਈਆਂ ਹੋਣੀਆਂ ਜੀ, ਬਾਕੀ ਕੈਸ਼ ਹੋ ਗਏ ਹੋਣੇ ਜੀ, ਕੱਪ ਇੱਦਾਂ ਦੇ ਕਾਫੀ ਕੁਛ ਹੈ ਜੀ, ਅਤੇ ਉਹ ਵੀ ਬੈਸਟ ਨੂੰ ਰੱਖਿਆ ਹੁੰਦਾ ਜੀ। ਅਤੇ ਹੋਰ ਭਾਅ ਜੀ ਕਿੱਥੇ ਕਿੱਥੇ ਬੈਸਟ ਹੈ ਤੁਸੀਂ?
ਹੋਰ ਭਾਅ ਜੀ ਪਹਿਲਾਂ ਜਦੋਂ ਨੌਰਥ ਪ੍ਰਦੇਸ਼ ਵਿੱਚ ਖੇਡਣਾ ਸਟਾਰਟ ਕਰਿਆ ਸੀ ਬਦਲ ਸਿੰਘ ਅਕੈਡਮੀ ਖੇਡੇ ਉਦੋਂ ਸੀਜ਼ਨ ਬੈਸਟ ਹੋਏ ਫਿਰ ਬਾਕੀ ਕੱਪਾਂ 'ਤੇ ਹੁਣ ਮੋਹਾਲੀ ਵੱਲੋਂ ਖੇਡੇ ਕ੍ਰਿਕਟ ਪ੍ਰੋ ਉਦੋਂ ਕਾਫੀ ਕੱਪਾਂ 'ਤੇ ਬੈਸਟ ਰਹੇ ਅਤੇ ਬਾਕੀ ਆ ਹੁਣ ਸ਼ਾਹਕੋਟ 'ਚ ਖੇਡੀ ਨਹੀਂ ਹੁਣ ਕਾਫੀ ਕੱਪਾਂ 'ਤੇ ਬੈਸਟ ਹਾਂਜੀ ਕੱਪਾਂ 'ਤੇ ਵੀ ਮਾਣ ਮਿਲੇ ਅਤੇ ਭਾਈ ਜਦੋਂ ਤੁਸੀਂ ਕਬੱਡੀ ਪਾਉਣੀ ਸ਼ੁਰੂ ਕਰਦੇ ਹੋ ਹੰਦਿਆਂ 'ਤੇ ਮੱਥਾ ਟੇਕ ਕੇ ਅੱਗੇ ਵੱਧਦੇ ਹੋ ਅਤੇ ਸਾਹਮਣੇ ਜਾਫੀਆਂ ਨੂੰ ਦੇਖ ਕੇ ਕਈ ਵਾਰੀ ਤਕੜੇ ਖੜ੍ਹੇ ਹੁੰਦੇ ਨੇ ਤਾਂ ਉਹ ਮਨ ਦੇ ਵਿੱਚ ਕੀ ਸੋਚ ਕੇ ਚੱਲਦੇ ਹੋ ਤੁਸੀਂ ਮਨ ਦੇ ਵਿੱਚ ਹੀ ਸੋਚਦੇ ਤਾਂ ਪਹਿਲਾਂ ਆਈ ਹੈ ਵੀ ਮੈਂ ਸਰ ਨੰਬਰ ਲੈ ਕੇ ਆਉਣਾ ਵਾਪਸ ਮੁੜਨਾ ਕਬੱਡੀ ਮੋੜਨੀ ਆ ਅਤੇ ਟੀਮ ਨਹੀਂ ਹਰਾਉਣੀ ਆਪਾਂ ਜਿੱਦਾਂ ਨੰਬਰ ਲੈਣਾ ਹਾਂਜੀ ਬਾਕੀ ਦਲੇਰੀ ਨਾਲ ਖੇਡੀ ਦਾ ਜੀ ਜੀ ਹਾਂਜੀ ਬਾਕੀ ਸੋਚ ਕੇ ਜਿੱਦਾਂ ਸੋਚਾਂਗੇ ਵੀ ਹਾਂ ਉਹ ਜਾਫੀ ਤਕੜਾ ਖੜਿਆ ਫਿਰ ਤਾਂ ਬੰਦਾ ਰੇਹੜੀ ਨਹੀਂ ਪਾ ਸਕਦਾ ਜੀ ਹਾਂਜੀ ਪਰ ਉੱਦਾਂ ਜ਼ਰੂਰ ਹੁੰਦਾ ਵੀ ਹਾਂ ਜਿਹੜਾ ਕੋਈ ਸੀਨੀਅਰ ਪਲੇਅਰ ਖੜਿਆ ਜਿਹਦਾ ਪਤਾ ਹੁੰਦਾ ਵੀ ਹਾਂ ਇਹਨੇ ਵੱਧ ਲੱਗਣਾ ਜਾਂ ਇਹਨੇ ਲਗਾ ਕੋਈ ਇੱਦਾਂ ਮਾਰਨਾ ਉਹ ਥੋੜ੍ਹਾ ਜਿਹਾ ਹੁੰਦਾ ਜੀ ਮਨ 'ਚ ਧਿਆਨ ਰੱਖਣਾ ਵੀ ਇਹਨੂੰ ਦੱਬ ਕੇ ਖੇਡੀ ਜਾਂਦੇ ਟੱਚ ਲਾਈਏ ਬਸ ਜੀ ਹਾਂਜੀ ਮਤਲਬ ਉਹਦੇ ਟੱਚ ਲਾਉਣ ਦੀ ਕੋਸ਼ਿਸ਼ ਰਹਿੰਦੀ ਹੈ ਹਾਂਜੀ ਜਾਂ ਟੱਚ ਲਾਉਣ ਦੀ ਲਾ ਲਓ ਜਾਂ ਉਹਦਾ ਬਚਾਉਣ ਜਾਂ ਉਹਦਾ ਲਗਾ ਹੈ ਜੋ ਪਾਉਣਾ ਜੀ ਉਹਦੇ ਉਹ ਤਾਂ ਦੂਰ ਰਹੀਏ ਸਾਹ ਦੇਖਣਾ ਪੈਂਦਾ ਹਾਂਜੀ ਹਾਂਜੀ ਜੀ ਅਤੇ ਬਾਈ ਫਿਰ ਤੁਸੀਂ ਮਿਹਨਤ ਕਿੰਨਾ ਟਾਈਮ ਕਰਦੇ ਮਿਹਨਤ ਜੀ ਇਹਦਾ ਕਬੱਡੀ ਲਈ ਲਾ ਲਓ ਜੀ ਮਿਹਨਤ ਤਾਂ ਜਿੰਨੀ ਕਰ ਲਓ ਉਨੀ ਹੈ ਘੱਟ ਆ ਜੀ ਬਾਕੀ ਜਿੰਨੀ ਕੁ ਹੋ ਸਕੇ ਵੱਧ ਤੋਂ ਵੱਧ ਕਰੀਦੇ ਸਵੇਰੇ ਸਵੇਰੇ ਜਿੰਮ ਜਾਈਦਾ ਸ਼ਾਮ ਨੂੰ ਗਰਾਊਂਡ ਜਾਈਦਾ ਜਾਂ ਸ਼ਾਮ ਨੂੰ ਗਰਾਊਂਡ ਚੱਲ ਜਾਂਦਾ ਸਵੇਰੇ ਜਿੰਮ ਜਾਈਦਾ ਵੀ ਯਾਨੀ ਦਿਨ ਦੇ ਵਿੱਚ ਲਾ ਲਓ ਵੀ 3 ਕੁ ਘੰਟੇ ਕੱਢਦੇ ਹਾਂ ਜੀ ਮਿਹਨਤ ਨੂੰ ਜੀ ਹਾਂਜੀ ਅਤੇ ਖੁਰਾਕ ਦਾ ਕੀ ਸ਼ਡਿਊਲ ਤੁਹਾਡਾ ਜੀ ਖੁਰਾਕ ਜੀ ਮੇਨ ਸ਼ਡਿਊਲ ਜੀ ਲਾ ਲਓ ਆਪਣਾ ਪਿੰਡਾਂ ਦੇਸੀ ਦੁੱਧ ਦਹੀਂ ਹੋ ਗਏ ਜੀ ਬਦਾਮ ਹੋ ਗਏ ਰਗੜਾ ਪੀ ਲੈਂਦਾ ਜੀ ਅਤੇ ਬਾਕੀ ਘਿਓ ਦੁੱਧ ਜ਼ਿਆਦਾਤਰ ਕੀ ਚਿਕਨ ਚੁਕਨ ਇੱਦਾਂ ਦੀਆਂ ਚੀਜ਼ਾਂ ਹਾਂਜੀ ਹਾਂਜੀ ਜੀ ਅਤੇ ਤੁਹਾਡਾ ਮਨਪਸੰਦ ਖਿਡਾਰੀ ਕਿਹੜਾ ਜੀ ਮਨਪਸੰਦ ਖਿਡਾਰੀ ਜੀ ਜਿੱਦਾਂ ਮੈਂ ਸੰਦੀਪ ਨੀਲੀਆਂ ਨੂੰ ਦੇਖ ਕੇ ਖੇਡਣਾ ਸਟਾਰਟ ਕਰੀ ਜੀ ਕਬੱਡੀ ਉਹਨਾਂ ਦੇ ਤਾਏ ਨੇ ਮੈਨੂੰ ਬਹੁਤ ਗੱਲਾਂ ਦੱਸਣੀਆਂ ਰੇਡਰਾਂ 'ਚ ਮੈਨੂੰ ਸੰਦੀਪ ਨੀਲੀਆਂ ਜੀ ਉਹਨਾਂ ਦੇ ਮੈਂ ਫੈਨ ਹਾਂ ਅਤੇ ਆਪਣਾ ਮੇਰਾ ਏਮ ਵੀ ਇੱਦਾਂ ਰਿਹਾ ਜੀ ਮੈਂ ਸੰਦੀਪ ਨੀਲੀਆਂ ਵਰਗਾ ਪਲੇਅਰ ਬਣਾਂ ਅਤੇ ਉੱਦਾਂ ਰੇਡ ਪਾਵਾਂ ਮੈਨੂੰ ਉਹ ਵਧੀਆ ਲੱਗਦੀ ਜੀ ਅਤੇ ਜਾਫੀਆਂ ਦੇ ਵਿੱਚੋਂ ਕਿਹੜਾ ਸੀ ਮਨਪਸੰਦ ਤੁਹਾਡਾ ਜੀ ਜਾਫੀ ਜਾਫੀ ਕੋਈ ਇੱਕ ਨਹੀਂ ਮੈਨੂੰ ਕਈ 3-4 ਜਾਫੀ ਲਾ ਲਓ ਜੀ ਜ਼ਿਆਦਾ ਵਧੀਆ ਲੱਗਦੇ ਕਈ ਜਾਫੀ ਵਧੀਆ ਲੱਗਦੇ ਮੈਨੂੰ ਉਹਨਾਂ 'ਚ ਜੀ ਮੈਨੂੰ ਆਪਣਾ ਬਿੱਟੂ ਦੁਗਾਲ ਹੋ ਗਿਆ ਜੀ ਮੈਂ ਬਹੁਤ ਵਧੀਆ ਜਾਫੀ ਸੀਗੀ ਅਤੇ ਪਿੱਥੋਂ ਵਾਲਾ ਸ਼ੀਰਾ ਅਤੇ ਬਾਈ ਆਪਣਾ ਦੰਗਲ ਬਿਆ ਸੰਦੀਪ ਪਾਲਾ ਜਲਾਲਪੁਰੀਆ ਮੰਗੀ ਜਿਹੜੇ ਖੁਸ਼ੀ ਖਾਸੀਅਤ ਜੀ ਨਾਲੋ ਹੁਣ ਜਿੱਦਾਂ ਕਮੈਂਟਰੀ ਵਾਲੇ ਵੀ ਬੋਲਦੇ ਇਹਨਾਂ ਨੇ ਕਬੱਡੀ ਬੜੀ ਆ ਵੀ ਉਹ ਕੰਮ ਆ ਵੀ ਬਸ ਇਹਨਾਂ ਦਾ ਇਹਨਾਂ ਦਾ ਨਹੀਂ ਪਤਾ ਕੀ ਕਰਦੇ ਨੂੰ ਜੀ ਆਪਾਂ ਇਹ ਨਹੀਂ ਖੋਲ ਸਕਦੇ ਵੀ ਇਹ ਮਾੜਾ ਇਹਨਾਂ ਨੂੰ ਇਹ ਵੀ ਇਹ ਮਾੜੇ ਹੋ ਗਏ ਜਾਂ ਹੁਣ ਇਹਦੇ ਫੜ ਨਹੀਂ ਹੁੰਦਾ ਦੰਗਲਾ ਸੰਦੀਪ ਹੋ ਗਿਆ ਮੰਗੀ ਹੋ ਗਿਆ ਬਾਈ ਇਹਨਾਂ ਅਤੇ ਖੁਸ਼ੀ ਹੋ ਗਈ ਨਾ ਇਹ ਲੱਗਦਾ ਵੀ ਕਦੋਂ ਕੁਛ ਵੀ ਕਰ ਸਕਦੇ ਕੁਛ ਵੀ ਕਰ ਸਕਦੇ ਹਾਂ ਤਕੜੇ ਹਾਂਜੀ ਉਹ ਕਹਿ ਸਕਦੇ ਕਬੱਡੀ ਪੜ੍ਹੀ ਹੋਈ ਬੋਲਦੇ ਜਾਂਦਾ ਹੁੰਦਾ ਜੀ ਅਤੇ ਬਾਈ ਜਿਵੇਂ ਤੁਸੀਂ ਇੱਧਰ ਲਾ ਲਓ ਵੀ ਕਈ ਸਾਲਾਂ ਤੋਂ ਸ਼ਾਹਕੋਟ ਲਾਇਨਸ ਦੇ ਵਿੱਚ ਖੇਡ ਰਹੇ ਹੋ ਹਾਂਜੀ ਅਤੇ ਜਦੋਂ ਇੱਥੋਂ ਫਿਰ ਬਾਹਰ ਜਾਂਦੇ ਹੋ ਹਾਂਜੀ ਬਾਹਰ ਵੀ ਤੁਸੀਂ ਜਿਵੇਂ ਇੱਥੇ ਤੁਹਾਡੀ ਟੀਮ ਇੰਨੀ ਤਕੜੀ ਸਟਰੋਂਗ ਬਣਦੀ ਹੈ ਬਾਹਰ ਵੀ ਤੁਸੀਂ ਇਕੱਠੇ ਖੇਡਦੇ ਹੋ ਹਾਂਜੀ ਹਾਂਜੀ ਜਿੰਨੇ ਲਾ ਲਓ ਜੀ ਇੱਥੋਂ ਆਪਣੇ ਇਕੱਠੇ ਪਲੇਅਰ ਖੇਡਦੇ ਸੁਲਤਾਨ ਹੋ ਗਿਆ ਉੱਧਰ ਹੋ ਗਿਆ ਬਾਈ ਸੰਦੀਪ ਹੋ ਗਿਆ ਉੱਧਰ ਵੀ ਜਿੱਦਾਂ ਸਾਡੀ ਟੋਰਾਂਟੋ ਮੈਟਰੋ ਕਲੱਬ 'ਚ ਖੇਡੀ ਦਾ ਅਤੇ ਵੈਨਕੂਵਰ ਵੈਨਕੂਵਰ ਕਬੱਡੀ ਕਲੱਬ ਆ ਅਮੈਰੀਕਾ 'ਚ ਕਬੱਡੀ ਕਲੱਬ ਆ ਅਤੇ ਸ਼ਾਟਲ ਕਬੱਡੀ ਕਲੱਬ ਆ ਉਹਨਾਂ 'ਚ ਇਕੱਠੇ ਖੇਡਦੇ ਹਾਂ ਜੀ ਸਾਰੇ ਇਕੱਠੇ ਖੇਡਦੇ ਹਾਂਜੀ ਹਾਂਜੀ ਉੱਧਰ ਵੀ ਇਕੱਠੇ ਖੇਡਦੇ ਅਤੇ ਬਾਈ ਫਿਰ ਤੁਸੀਂ ਕੋਚ ਕਿਹਨੂੰ ਮੰਨਦੇ ਪਤਾ ਕੋਚ ਜੀ ਮੈਂ ਮੇਰੇ ਤਾਏ ਨੂੰ ਮੰਨਦੇ ਬਸ ਹਰਭਦਰ ਸਿੰਘ ਨੂੰ ਇਹਨਾਂ ਨੇ ਜਿਹਨਾਂ ਸਟਾਰਟਿੰਗ ਤੋਂ ਮੈਨੂੰ ਲਾ ਲਓ ਕਬੱਡੀ ਦੇ ਗਰਾਊਂਡ ਤੱਕ ਗੋਦੀ ਚੱਕ ਕੇ ਲਿਜਾਣ ਵਾਲਾ ਕੰਮ ਹੀ ਲਾ ਲਓ ਤੁਸੀਂ ਵੀ ਉਹਨਾਂ ਨੇ ਘਰੋਂ ਸਾਈਕਲ 'ਤੇ ਬਿਠਾ ਕੇ ਮੈਨੂੰ ਗਰਾਊਂਡ 'ਚ ਛੱਡ ਕੇ ਆਉਣਾ ਉੱਥੇ ਕਬੱਡੀ ਦਿਖਾਉਣੀ ਅਤੇ ਖਿਡਾਉਣਿਆਂ ਨਿਆਣਿਆਂ ਨਾਲ ਘੁਲਣਾ ਕਹਿ ਦੇਣਾ ਇਹਦੇ ਨਾਲ ਘੁਲਣਾ ਘੁਲਣਾ ਹਾਂਜੀ ਉਹਨਾਂ ਨੂੰ ਵੀ ਕੋਚ ਮੰਨਦਾ ਜਿਹਨਾਂ ਕਬੱਡੀ ਨੂੰ ਉਹਨਾਂ ਨੇ ਜ਼ਿਆਦਾ ਸਿਖਾਈ ਹੈ ਜੀ ਅਤੇ ਬਾਈ ਫਿਰ ਤੁਹਾਨੂੰ ਤੁਹਾਡੇ ਜਿਹੜੇ ਮਾਨ ਸਨਮਾਨ ਨੇ ਹੁਣ ਤੱਕ ਹਾਂਜੀ ਉਹ ਕਿੰਨੇ ਕੁ ਹੋਏ ਆ ਮਾਨ ਸਨਮਾਨ ਜੀ ਜਿੱਦਾਂ ਲਾ ਲਓ ਮੇਨ ਸਨਮਾਨ ਸਨਮਾਨ ਤਾਂ ਜਿੱਦਾਂ ਦਰਸ਼ਕਾਂ ਦੀ ਹੈ ਜੀ ਸੰਗਤ ਨੇ ਬਹੁਤ ਦਿੱਤਾ ਜੀ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਜੀ ਪਿੰਡ ਬਾਹਰ ਦੇ ਜਦੋਂ ਅਸੀਂ ਮੈਚ ਖੇਡਦੇ ਹੁੰਦੇ ਸੀਗੇ ਤਾਂ ਲਾ ਲਓ ਇਹਨਾਂ ਨੇ ਲੋਕਾਂ ਨੇ ਏਰੀਏ ਦੇ ਜਿੰਨੇ ਵੀ ਅਸੀਂ ਸਾਡੀ ਟੀਮ ਉੱਠੀ ਨਵੇਂ ਨਵੇਂ ਪਲੇਅਰ ਉੱਠਿਆ ਤਾਂ ਲੋਕਾਂ ਨੇ ਇੱਕਦਮ ਹੱਥਾਂ 'ਤੇ ਚੱਕਣ ਵਾਲਾ ਕੰਮ ਕਰਿਆ ਜੀ ਅੱਖਾਂ 'ਤੇ ਬਿਠਾਇਆ ਲੋਕਾਂ ਨੇ ਮੇਨ ਇਹਨਾਂ ਨੇ ਲਾ ਲਓ ਕਬੱਡੀ 'ਚ ਜਿੰਨਾ ਮਾਣ ਸਤਿਕਾਰ ਇਹਨਾਂ ਨੇ ਦਿੱਤਾ ਮੈਨੂੰ ਨਹੀਂ ਲੱਗਦਾ ਹੋਰ ਕੋਈ ਤੋਂ ਵੱਡਾ ਹੋਊਗਾ ਬਾਕੀ ਮੋਟਰਸਾਈਕਲਾਂ ਨਾਲ ਜ਼ਰੂਰ ਇੱਥੇ ਆਪਣੇ ਭਵਾਨੀਗੜ੍ਹ ਹੋ ਗਿਆ ਜੀ ਆਪਣੇ ਨੰਗਲ ਹੋ ਗਿਆ ਗਗੜਪੁਰ ਦੋ ਸਿੰਘਾਲ ਹੋ ਗਏ ਜੀ ਉੱਥੇ ਮੋਟਰਸਾਈਕਲ ਨਾਲ ਮਾਨ ਸਨਮਾਨ ਹੁੰਦੇ ਰਹੇ ਜੀ ਬਾਕੀ ਕੱਪਾਂ ਨਾਲ ਕੈਸ਼ ਨਾਲ ਜੀ ਹਾਂਜੀ ਮਾਨ ਸਨਮਾਨ ਤਾਂ ਚੱਲ ਰਹੇ ਨੇ ਹਾਂਜੀ ਕਿਰਪਾ ਮਹਾਰਾਜ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਚੱਲਦੇ ਰਹਿਣੇ ਹਾਂਜੀ ਅਤੇ ਪਾਲੀ ਬਾਈ ਤੁਹਾਨੂੰ ਸਹਿਯੋਗ ਕਿੱਦਾਂ ਕਿੱਦਾਂ ਰਿਹਾ ਸਹਿਯੋਗ ਜੀ ਹੁਣ ਤੱਕ ਪਹਿਲਾਂ ਤਾਂ ਜੀ
ਉਹ ਮਹਾਰਾਜ ਦੀ ਕਿਰਪਾ ਨਾਲ ਫੈਮਿਲੀ ਦਾ ਬਹੁਤ ਸਹਿਯੋਗ ਰਿਹਾ, ਫੈਮਿਲੀ ਨੇ ਬਹੁਤ ਜ਼ਿਆਦਾ ਕਦੇ ਟੋਕਿਆ ਨਹੀਂ, ਕੋਈ ਉਹ ਨਹੀਂ, ਅਤੇ ਸਰਦਾਰ ਭਗਤ ਸਿੰਘ ਤਾਏ ਨੇ ਬਹੁਤ ਸਹਿਯੋਗ ਕੀਤਾ, ਉਹਨੇ ਕਬੱਡੀ ਵੱਲ ਉਹਨੀ ਲੈ ਕੇ ਆਇਆ ਜ਼ਿਆਦਾ, ਉਹਦਾ ਵੀ ਆਰਥਿਕ ਪੱਖੋਂ ਵੀ, ਖੇਡਣ ਪੱਖੋਂ ਵੀ, ਸਾਰੇ ਪੱਖੋਂ ਉਹਨੇ ਬਹੁਤ ਸਹਿਯੋਗ ਦਿੱਤਾ ਤਾਏ ਨੇ। ਬਾਕੀ ਪਿੰਡ ਦਾ ਵੀ ਬਹੁਤ ਸਹਿਯੋਗ ਰਿਹਾ ਜੀ, ਲੋਕਾਂ ਨੇ ਪਿੰਡ ਦਿਆਂ ਨੇ ਬਹੁਤ ਵਿੱਚ ਬਹੁਤ ਉਸਤਾਹ ਇੱਦਾਂ ਦੇ ਆਪਣੇ ਮਨ ਨੂੰ ਕਹਿਣਾ ਵੀ ਹਾਂ ਭਾਈ ਤੁਸੀਂ ਖੇਡੋ ਖੇਡੋ, ਬਾਕੀ ਦੇਖਣ ਸਾਨੂੰ ਜਾਣਾ ਗਰਾਊਂਡ 'ਚ, ਪਿੰਡ ਦਾ ਵੀ ਬਹੁਤ ਸਹਿਯੋਗ ਰਿਹਾ ਜੀ। ਹਾਂਜੀ, ਬਾਕੀ ਹੁਣ ਹੁਣ ਤਾਂ ਲੋਕ ਪ੍ਰਮੋਟਰਾਂ ਦਾ ਭਾਈ, ਸਾਡੇ ਬਾਹਰਲੇ ਜਿੰਨੇ ਵੀ ਖਿਡਾਰੀ ਸਨ ਸਪੋਂਸਰ ਕਰਦੇ, ਸਾਰਿਆਂ ਦਾ ਬਹੁਤ ਸਹਿਯੋਗ ਰਿਹਾ ਜੀ। ਅਤੇ ਅੱਜ ਕੱਲ੍ਹ ਭਾਈ ਕਬੱਡੀ ਦੇ ਨਾਲ ਨਾਲ ਫਿਰ ਹੋਰ ਕੀ ਚੱਲਦਾ ਅਤੇ ਕਿੱਥੇ ਰਹਿੰਦੇ ਅੱਜ ਕੱਲ੍ਹ ਜੀ? ਕਬੱਡੀ ਦੇ ਨਾਲ ਨਾਲ ਜੀ ਬਸ ਕਬੱਡੀ ਜ਼ਿਆਦਾ ਖੇਡਦੇ ਹਾਂ, ਬਾਕੀ ਫਰੀ ਟਾਈਮ ਜਿੱਦਾਂ ਫੈਮਿਲੀ 'ਚ ਜ਼ਿਆਦਾ ਹੁੰਦੇ ਹਾਂ, ਅਤੇ ਹੁਣ ਉੱਦਾਂ ਅਮੈਰੀਕਾ ਰਹਿੰਦਾ ਜੀ। ਜੀ ਹਾਂਜੀ, ਪੀ ਆਰ ਉੱਥੇ ਤੁਸੀਂ? ਅਤੇ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ, ਤੁਸੀਂ ਸਾਡੇ ਜੋਗਾ ਸਮਾਂ ਕੱਢਿਆ ਅਤੇ ਆਪਣੀ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਨੇ ਜੋ ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ। ਥੈਂਕ ਯੂ ਭਾਈ, ਥੈਂਕ ਯੂ ਤੁਹਾਡਾ। ਸੋ ਬਹੁਤ ਧੰਨਵਾਦ। ਹੁਣ ਤੁਸੀਂ ਜਾਂਦੇ ਜਾਂਦੇ ਇੱਕ ਸਵਾਲ ਇਹ ਹੈ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਲਲੀਆਂ ਦਾ ਸੰਦੀਪ ਜਾਂ ਸੋਮੇ ਹੋਰੀ ਇੱਥੇ ਖੇਡਣ ਆਉਂਦੇ, ਉਹਨਾਂ ਨੂੰ ਦੇਖ ਕੇ ਤੁਹਾਡੇ ਮਨ ਨੂੰ ਇੱਕ ਖਿੱਚ ਪਈ ਕਬੱਡੀ ਖੇਡ ਵਾਲੇ ਪਾਸੇ, ਤੁਸੀਂ ਆਏ, ਅਤੇ ਜਿਹੜੇ ਹੁਣ ਤੁਹਾਨੂੰ ਤੁਹਾਡੇ ਪ੍ਰਸ਼ੰਸਕ ਨੇ ਜਾਂ ਤੁਹਾਨੂੰ ਵੇਖ ਕੇ ਕਬੱਡੀ ਵੱਲ ਆਉਣਗੇ, ਉਹਨਾਂ ਦੇ ਮਨ ਦੇ ਵਿੱਚ ਵੀ ਕਿਸੇ ਨਾ ਕਿਸੇ ਦੇ ਸੁਪਨੇ ਹੋਣਗੇ ਕਿ ਅਸੀਂ ਵੀ ਫਤਿਹਗੜ੍ਹ ਛੰਨਾ ਵਾਲੇ ਪਾਲੀ ਵਰਗੇ ਬਣੀਏ, ਅਤੇ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਸੰਦੇਸ਼ ਬਸ ਆਹੀ ਹੈ ਭਾਅ ਜੀ ਵੀ ਮਿਹਨਤ ਕਰੋ, ਕੋਈ ਵੀ ਫੀਲਡ ਹੈ ਕਿਸੇ ਵੀ, ਮਿਹਨਤ ਤੁਹਾਨੂੰ ਪਤਾ ਵੀ ਹਰ ਇੱਕ ਫੀਲਡ 'ਚ ਕਰਨੀ ਪੈਂਦੀ ਆ। ਬਾਕੀ ਸਰੀਰ ਤੁਹਾਨੂੰ ਪਤਾ ਬੰਦੇ ਦੇ ਸਭ ਤੋਂ ਇਹੀ ਲਾਈਫ ਲੌਂਗ ਟਾਈਮ ਬੰਦੇ ਦਾ ਸਾਥ ਰਹਿੰਦਾ, ਅਤੇ ਇਹਨੂੰ ਫਿੱਟ ਰੱਖਣ ਲਈ ਆਪਾਂ ਨੂੰ ਮਿਹਨਤ ਤਾਂ ਕਰਨੀ ਪੈਂਦੀ ਆ। ਬਾਕੀ ਸਾਰੇ ਜਿੰਨੇ ਜਨਰੇਸ਼ਨ ਆ, ਕੋਈ ਗੇਮ ਆ, ਕਿਸੇ ਵੀ ਗੇਮ ਨੂੰ ਕਹਿ ਦੇ, ਆਪਾਂ ਇਹ ਨਹੀਂ ਕਹਿੰਦੇ ਵੀ ਇਕੱਲਾ ਕਬੱਡੀ ਜਾਂ ਕੋਈ ਵੀ ਗੇਮ ਕਰਨ, ਨਾਲ ਦਾ ਸਰੀਰ ਫਿੱਟ ਰਹਿੰਦਾ ਅਤੇ ਨਾਲੇ ਬੰਦੇ ਦੀ ਹੈਲਥ ਬਣੀ ਰਹਿੰਦੀ ਆ। ਬਾਕੀ ਇਮਾਨਦਾਰ ਰਹਿਣ ਆਪਦੇ ਸਰੀਰ ਪ੍ਰਤੀ, ਆਪਦੀ ਗੇਮ ਪ੍ਰਤੀ, ਅਤੇ ਤਨ ਮਨ ਨਾਲ ਆ ਕੇ ਮਿਹਨਤ ਕਰਨ ਕਿਸੇ ਵੀ ਚੀਜ਼ 'ਚ। ਜੀ ਹਾਂਜੀ ਜੀ, ਸੋ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਇੱਕ ਵਾਰੀ ਫਿਰ ਸਾਡੇ ਚੈਨਲ ਦੇ ਵੱਲੋਂ। ਥੈਂਕ ਯੂ ਭਾਈ, ਥੈਂਕ ਯੂ। ਸੋ ਦੋਸਤੋ, ਅੱਜ ਆਪਾਂ ਨੇ ਫਤਿਹਗੜ੍ਹ ਛੰਨਾ ਵਾਲੇ ਪਾਲੀ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਉਹਦੀ ਖੇਡ ਕਬੱਡੀ ਦੀਆਂ। ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਅਤੇ ਇਹ ਕੋਸ਼ਿਸ਼ ਸਾਡੀ ਕਿਸ ਤਰ੍ਹਾਂ ਦੀ ਲੱਗਦੀ ਹੈ ਲਾਈਕ ਅਤੇ ਕਮੈਂਟ ਵੀ ਜ਼ਰੂਰ ਕਰਨਾ। ਅਗਲੀ ਵਾਰੀ ਅਸੀਂ ਤੁਹਾਨੂੰ ਕਿਸੇ ਹੋਰ ਕਬੱਡੀ ਦੇ ਮਹਾਰਥੀ ਦੇ ਰੂਬਰੂ ਕਰਾਵਾਂਗੇ, ਉਦੋਂ ਤੱਕ ਮੈਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।